हेलो, एक्सक्यूज मी, ओ हेलो। हाँ जी, हाँ जी, मैं ना जी दवाई लेनी है। मैं पूरी मार्केट को माई मिलू, कोई दवाई नहीं मिल रही है। और मार्केट च तुहानू कित्थे मिलूगी दवाई? पूरी मार्केट नू तां असीं अवेलेबल कराउणे दवाई। केड़ी दवाई है देखा? अच्छा, ये दवाई, ये दवाई साडे कोल हुंदी आ ते पूरी मार्केट नू असीं अवेलेबल कराउणे नेगे, पर साडे कोल हुण नहीं हैगी। हले दो दिन पहलां तां खत्म होई इहे। की एवें करो, मैनू एक घंटा दे दो, मैं एक घंटे च ये दवाई मंगवा देना, तुसीं फिर आके लै जाइओ। जे हुणी मंगवा दिंदे तां ज़्यादा वधिया सी। आ दवाई चाहीदी आ ਬਾਈ, ਦੋ ਡੱਬੇ ਪਏ ਨੇ ਆਹ ਦਵਾਈ ਦੇ ਆਪਣੇ ਕੋਲੇ। ਉਹ ਤੈਨੂੰ ਸਾਲਿਆ ਜ਼ਿਆਦਾ ਪਤਾ ਗਾ, ਇਹ ਪਤਾ ਨਹੀਂ ਜੀ, ਮੁੰਡਾ ਨਵਾਂ ਰੱਖਿਆ ਗਾ, ਉਹ ਐਕਸਪਾਇਰ ਹੋਏ ਹੋਏ ਨੇ ਦੋ ਡੱਬੇ। ਹੋ ਜੇ ਯਕੀਨ ਨਹੀਂ ਜਾ ਕੇ ਦੇਖਿਆ। ਰੁਕ ਜਾ, ਤੈਨੂੰ ਆਪਣੇ ਉਸਤਾਦ ਤੇ ਯਕੀਨ ਨਹੀਂ ਹੈਗਾ ਹੁਣ? ਜਿਹੜੇ ਪਏ ਨੇ ਫਿਲਟਰ ਦੇ ਹੈਗੇ ਨੇ ਐਕਸਪਾਇਰ ਹੋਏ ਹੋਏ। ਓਏ ਮੈਂ ਆਪ ਹੀ ਛੱਡ ਦੂੰਗਾ, ਤੂੰ ਚੁੱਪ ਕਰਕੇ ਇੱਥੇ ਖੜਾ ਰਹਿ। ਤੁਸੀਂ ਐਵੇਂ ਕਰੋ ਜੀ, ਆਹ ਮੇਰਾ ਕਾਰਡ ਲੈ ਜਾਓ, ਇੱਥੇ ਮੇਰਾ ਵਟਸਐਪ ਨੰਬਰ ਹੈਗਾ, ਤੁਸੀਂ ਇਹਦੇ ਮੈਨੂੰ ਆਪਣਾ ਐਡਰੈਸ ਸੈਂਡ ਕਰ ਦਿਓ, ਇੱਕ ਘੰਟੇ 'ਚ ਦਵਾਈ ਤੁਹਾਡੇ ਘਰ ਪਹੁੰਚੂਗੀ। ਠੀਕ ਹੈ ਜੀ, ਮੈਂ ਤੁਹਾਨੂੰ ਐਡਰੈਸ ਹੁਣੀ ਵਟਸਐਪ ਕਰ ਦਿੰਦੀ ਹਾਂ, ਤੁਸੀਂ ਦਵਾਈ ਜਲਦੀ ਘਰ ਭੇਜ ਦਿਓ। ਹਾਂਜੀ ਹਾਂਜੀ, ਤੁਸੀਂ ਚੱਲੋ, ਦਵਾਈ ਤੁਹਾਡੇ ਪਿੱਛੇ ਪਿੱਛੇ ਘਰ ਆਉਂਦੀ ਹੈਗੀ ਜੀ। ਤੁਸੀਂ? ਹਾਂਜੀ ਹਾਂਜੀ, ਤੁਸੀਂ ਦਵਾਈ ਫੜਾਉਣ ਆਪੇ ਆ ਗਏ? ਉਹਨਾਂ ਦੁਕਾਨ ਤੇ ਮੁੰਡਾ ਬਿਜੀ ਸੀਗਾ, ਮੈਂ ਸੋਚਿਆ ਮੈਂ ਆਪ ਹੀ ਫੜਾਉਣਾ ਜਾ ਕੇ। ਅੱਛਾ ਜੀ, ਚਲੋ ਕੋਈ ਨਾ, ਥੈਂਕ ਯੂ ਜੀ। ਤੇ ਕਿੰਨੇ ਪੈਸੇ ਹੋ ਗਏ ਤੁਹਾਡੇ ਘਰੇ? ਟੂਟੀ ਦਾ ਕਨੈਕਸ਼ਨ ਹੈਗਾਗਾ? ਹਾਂਜੀ। ਮੇਰਾ ਗਲਾ ਬਹੁਤ ਸੁੱਕ ਰਿਹਾ, ਪਾਣੀ ਪਿਲਾ ਦਿਓ। ਓ ਸੌਰੀ, ਪਾਣੀ ਤਾਂ ਮੈਂ ਤੁਹਾਨੂੰ ਪੁੱਛਣਾ ਭੁੱਲ ਗਈ। ਆ ਜਾਓ ਆ ਜਾਓ, ਅੰਦਰ ਆ ਜਾਓ। ਆ ਲਓ ਜੀ ਪਾਣੀ। ਤੁਹਾਡੇ ਘਰ ਦਾ ਪਾਣੀ ਬਹੁਤ ਸਵਾਦ ਆ ਜੀ। ਖੜੇ ਹੋ ਤੁਸੀਂ? ਇੱਥੇ ਬੈਠੋ। ਨਾ ਨਾ, ਕੋਈ ਨਾ, ਬੈਠੋ ਬੈਠੋ ਨਾ, ਤੁਸੀਂ ਬੈਠੋ ਬੈਠੋ, ਜੇ ਮੈਂ ਸ਼ਰਮਾਉ ਨਾ, ਬੈਠੋ ਪਲੀਜ਼। ਇਹ ਘਰ ਤੁਹਾਡਾ? ਹਾਂਜੀ ਹਾਂਜੀ, ਸਾਡਾ ਹੀ ਆ। ਓ ਬਹੁਤ ਸੋਹਣਾ ਘਰ ਹੈਗਾ। ਥੈਂਕ ਯੂ ਥੈਂਕ ਯੂ। ਤੁਹਾਡਾ ਨਾਮ ਕੀ ਹੈਗਾ? ਸੁਮਨ ਜੀ। ਸੋ ਸਵੀਟ, ਤੁਹਾਡਾ ਕਿੰਨਾ ਪਿਆਰਾ ਨਾਮ ਆ ਨਾ ਜੀ। ਵੈਸੇ ਹੁਣ ਤਾਂ ਆਪਣੀ ਜਾਣ ਪਛਾਣ ਹੋ ਗਈ, ਹੁਣ ਤੁਹਾਨੂੰ ਖੇਚਲ ਕਰਨ ਦੀ ਲੋੜ ਨਹੀਂ ਗੀ। ਤੁਹਾਨੂੰ ਕਦੇ ਵੀ ਕਿਸੇ ਵੀ ਦਵਾਈ ਦੀ ਲੋੜ ਆ, ਤੁਹਾਨੂੰ ਖੇਚਲ ਕਰਨ ਦੀ ਲੋੜ ਨਹੀਂ। ਬਸ ਇੱਕ ਵਾਰੀ ਮਿਸ ਕਾਲ ਕਰ ਦਿਆ ਕਰੋ, ਠੀਕ ਹੈ ਜੀ? ਮੈਂ ਘਰੇ ਆ ਕੇ ਆ ਫੜਾ ਜਿਆ ਕਰੂੰ। ਠੀਕ ਹੈ ਠੀਕ ਹੈ। ਤੁਸੀਂ ਕਿੰਨੇ ਸਵੀਟ ਹੋ ਨਾ ਜੀ। ਹਾਂਜੀ ਹਾਂਜੀ। ਇਹ ਭਾਈ ਸਾਹਿਬ ਜੀ। ਅੱਛਾ ਅੱਛਾ, ਮੈਂ ਸਮਝ ਗਿਆ, ਤੁਹਾਡੇ ਬ੍ਰਦਰ ਵੀ ਇੱਥੇ ਰਹਿੰਦੇ ਨੇਗੇ? ਨਹੀਂ ਨਹੀਂ ਜੀ, ਇਹ ਤਾਂ ਮੇਰੇ ਹਸਬੈਂਡ ਨੇ। ਹਸਬੈਂਡ ਨੇ? ਹਾਂਜੀ ਹਾਂਜੀ। ਚਲੋ ਠੀਕ ਹੈ ਜੀ, ਮੈਂ ਚੱਲਦਾ ਫਿਰ। ਤੁਹਾਡੇ ਪੈਸੇ ਦੱਸ ਦੋ ਕਿੰਨੇ ਹੋ ਗਏ ਦਵਾਈ ਦੇ? ਕੋਈ ਨਾ, ਮੈਂ ਫਿਰ ਲੈ ਜੂ ਲੱਗਦਾ, ਪਰ ਤੁਹਾਨੂੰ ਮੈਨੂੰ ਕਾਹਲੀ ਹੈਗੀ। ਚਲੋ ਠੀਕ ਹੈ। ਕੌਣ ਸੀ ਇਹ? ਹੁਣ ਤਾਂ ਯਕੀਨ ਹੀ ਆ, ਮੈਂ ਤਾਂ ਮੈਡੀਕਲ ਤੇ ਦਵਾਈ ਲੈਣ ਗਈ ਸੀ, ਉਦੋਂ ਖਤਮ ਹੋਈ ਹੋਈ ਸੀ। ਉਹ ਕਹਿੰਦਾ ਚੱਲ ਮੈਂ ਲੰਘਦਾ ਵੜਦਾ ਘੜੀ ਫੜਾ ਜੂੰਗਾ। ਉਹ ਦਵਾਈ ਫੜਾਉਣ ਆਇਆ ਸੀ ਤੇ ਦਵਾਈ ਫੜਾ ਕੇ ਚਲਿਆ ਗਿਆ। ਬੱਬੂ, ਉਹ ਬੱਬੂ, ਬੱਬੂ ਉਹ ਕਿੱਥੇ ਮਰ ਗਈ? ਮਰ ਮੁੜ ਤਾਂ ਨਹੀਂ ਗਈ ਕਿਤੇ? ਦਿਖਦੀ ਨਹੀਂ ਗਈ। ਉਹ ਕਿੱਥੇ ਕਿੱਥੇ ਚਲੇ ਗਏ ਸੀ ਤੁਸੀਂ? ਮੈਂ ਤੁਹਾਨੂੰ ਲੱਭ ਰਿਹਾ ਸੀਗਾ। ਨਾ ਕਹਿ ਦੇ ਵੀ ਕਿੱਥੇ ਮਰ ਗਈ ਸੀ, ਐ ਨਹੀਂ ਮਰਦੀ ਮੈਂ ਜਿੰਨੀ ਛੇਤੀ ਤੂੰ ਸੋਚਦਾ। ਨਾ ਗੱਲ ਸੁਣ ਮੇਰੀ, ਮੈਂ ਤੜਕੇ ਫੋਨ ਕੀਤਾ ਸੀ, ਉਹ ਕਹਿੰਦਾ ਉਹ ਡਿਲੀਵਰੀ ਕਰ ਗਿਆ। ਉਹ ਕਮੜੀਏ, ਮੈਂ ਮੈਡੀਕਲ ਸਟੋਰ ਵਾਲਾ ਗਾ, ਡਾਕਟਰ ਥੋੜੀ ਮੈਂ ਡਿਲੀਵਰੀ ਕਰਨ ਜਾਊਂਗਾ। ਉਹ ਤਾਂ ਮੈਨੂੰ ਵੀ ਪਤਾ, ਮੈਂ ਹੋਮ ਡਿਲੀਵਰੀ ਆਖਿਆ, ਹੋਮ ਡਿਲੀਵਰੀ। ਅੱਛਾ, ਉਹ ਤਾਂ ਵਿਚਾਰੇ ਕਿਸੇ ਲੋੜਵੰਦ ਨੂੰ ਦਵਾਈ ਦੀ ਜ਼ਰੂਰਤ ਸੀ, ਮੈਂ ਉਹਨਾਂ ਦੇ ਘਰੇ ਫੜਾਉਣ ਚਲਾ ਗਿਆ ਸੀ। ਆਹੋ, ਨਾ ਮੇਰੀ ਗੱਲ ਸੁਣ, ਉਹ ਮੁੰਡੇ ਨੂੰ 2500 3000 ਕਾਹਦਾ ਦਿੰਦੇ ਆ? ਜੇ ਤੁਸੀਂ ਦਵਾਈ ਫੜਾਉਣ ਜਾਣਾ ਉਹਨੂੰ ਭੇਜਿਆ ਕਰੋ। ਇੱਕ ਗੱਲ ਹੋਰ, ਫਿਰ ਤੁਸੀਂ ਐਂ ਕਰਨਾ ਸੀ, ਜੇ ਬਾਹਲਾ ਜ਼ਰੂਰੀ ਸੀ ਅਗਲੇ ਨੂੰ ਪੱਤੇ ਚੋਂ ਕੱਢ ਕੇ ਗੋਲੀ ਪਾਣੀ ਦੇ ਗਲਾਸ ਨਾਲ ਲਗਾਈ ਹੋਣੀ ਸੀ ਅੰਦਰ। ਯਾਰ ਤੈਨੂੰ ਮੈਂ ਕਿੰਨੀ ਵਾਰੀ ਕਿਹਾ ਨਾ, ਮੇਰੇ ਕੰਮ 'ਚ ਦਖਲ ਅੰਦਾਜ਼ੀ ਨਾ ਕਰਿਆ ਕਰਾਂ। ਓਏ ਮੁੰਡਾ ਦੁਕਾਨ ਤੇ ਬਿਜੀ ਸੀਗਾ, ਨਾਲੇ ਮੇਰੀ ਗੱਲ ਸੁਣ ਲਾ, ਤੂੰ ਕਿੰਨੀ ਸੜੀ ਹੋਈ ਦਾਲ ਸਬਜ਼ੀ ਬਣਾਉਣੀ ਹੈਗੀ, ਕਦੇ ਮੈਂ ਤੇਰੇ ਕੰਮ 'ਚ ਦਖਲ ਅੰਦਾਜ਼ੀ ਕਰੀ ਹੈਗੀ? ਜਿਹਨੂੰ ਦਵਾਈ ਫੜਾ ਕੇ ਆਇਆ ਉਹਦੇ ਕੋਲ ਖਾਇਆ ਹੁੰਦਾ ਫਿਰ? ਬੁੜੇ ਨੂੰ ਫੜਾ ਕੇ ਆਈ ਸੀ ਦਵਾਈ ਕਿਸੇ ਨੂੰ? ਸਾਰਾ ਜਾਣਦੀ ਮੈਂ। ਚੱਲ ਤੂੰ ਰੋਟੀ ਲੈ ਕੇ ਆ ਕਰਾਚੀ ਦੀ, ਭੁੱਖ ਲੱਗੀ ਹੈ ਬਹੁਤ। ਆ ਲਓ ਜੀ ਰੋਟੀ। ਇਹ ਰੋਟੀ ਆ?
रोटी आ तुसी आप ही कहा मैं डाइट प्लान ते हां चुप करके खा लो इनू ओए ओए क्यों क्यों मेरे बदले लेनी हैगी डाइट प्लान दे नौ ते कह के कि पहले तो मैं एक रोटी देनी है सारे दिन च हैं फिर मुड़ के वो भी अद्धी रह गई हैगी आहा आधी रोटी किथे गई मैं खा लिया दो गोतियां फिर की हो गया और मेरी गल सुन मैं थोड़े नाल गल करनी है पहला कड़ा दूरदर्शन दे खबरां सुनाउनी है पहला भी गल्लां कर दियां ओ सुन लो मेरी मैं ऐ कहंदी सी जेड़ी मेरी मासी आ जेड़ी मेरी मासी दी नूह आ जेड़ी ओदी गाह भैण आ भैण दी जेड़ी ननदा एक मिंट जेड़ी तेरी नानी दी मामी दी मासी चल छड्ड यार तू गल दस मेरी गल सुनो ओना दे मुंडे दी नवी नवी मैरिज होई आ ते ओ ना इत्थे शिफ्ट होया अपने शहर च ते मैं कहंदी सी आपां कल ओना नू बुलाना लईए की गल मैं दुकान ते नहीं कम सामने आएगा लोकां दे घरां च तुसी डिलीवरियां करदे फिरदे हो ते मेरे रिश्तेदारां दी खातर ਤੁਸੀਂ ਇੱਕ ਘੰਟਾ ਕੀ ਕੱਢ ਸਕਦੇ ਇੱਕ ਘੰਟਾ ਦੁਕਾਨ ਤੋਂ ਆ ਜਿਓ ਚਲ ਕੋਈ ਨਾ ਆ ਜੂਗਾ ਨਾ ਤੇਰਾ ਦਿਮਾਗ ਨਾ ਖਾਣਾ ਆ ਜੂਗਾ ਮੈਂ ਆਪ ਤਾਂ ਹਰ ਘਰ ਵਾਲੀ ਕਹਿੰਦਾ ਮੇਰਾ ਦਿਮਾਗ ਨਾ ਖਰਚ ਕਰ ਚੱਲ ਜਾ ਤੂੰ ਸ਼ਸ਼ਿਕਾ ਜੀ ਨਸ਼ਿਕਾ ਹੋਰ ਸੁਣਾਓ ਕਿਵੇਂ ਸਾਰੇ ਠੀਕ ਠਾਕ ਤੁਸੀਂ ਹਾਂਜੀ ਤੁਸੀਂ ਵੀ ਇੱਥੇ मन्ना जी सच्ची यकीन नहीं हो रहा है भी तुसी साडे घरे आओगे अपनी छोटी जी जान पछाण किवें कि रिश्ते विच बदल गई मैं तां जी आपनी यकीन हो रहा थोड़े नाल भी जी थोड़े नाल भी लै एक कड़ा पता लगदा केड़ी रिश्तेदारी कदों बदल जे तुसी आए करो पहला चाह पियो फिर मारांगे आपां गल्लां आले पाज चाह इधर भी दो चाह दिनिया आ लो जी लै तुसी भी लो जी लो तुसी भी लो हांजी पाजी जरूर आलो साडा फर्ज है तुहाडी सेवा करना अच्छा आ देखो मैं बैठ रही हूं तुहाडे कोले ले आलो खाओ और सुनाओ घर सारे ठीक ठाक सी हांजी तुसी आ तां तुसी बड़ा चंगा कीता साडे घर गेड़ा मार के मैं भी तां किन्नी वार किया सी भी आ जा कर ਹਾਂਜੀ ਬਸ ਟਾਈਮ ਹੀ ਨਹੀਂ ਮਿਲਦਾ ਹੈਗਾ ਕੰਮਾਂ ਕਾਰਾਂ ਚ ਤੁਹਾਨੂੰ ਪਤਾ ਸਾਡੇ ਘਰ ਜਦੋਂ ਕੋਈ ਰਿਸ਼ਤੇ ਆਉਂਦਾ ਨਾ ਸਾਨੂੰ ਬੜਾ ਵਧੀਆ ਲੱਗਦਾ ਜੀ ਸਾਡਾ ਤਾਂ ਇਹ ਸ਼ਹਿਰ ਚ ਕੋਈ ਰਿਸ਼ਤੇਦਾਰ ਵੀ ਨਹੀਂ ਹੈਗਾ ਜੀ ਸੱਚੀ ਮੈਨੂੰ ਤਾਂ ਖੁਸ਼ੀ ਬਰਦਾਸ਼ਤ ਨਹੀਂ ਹੋ ਰਹੀ ਜੀ ਅੱਜ ਵੈਸੇ ਸ਼ਹਿਰ ਤੋਂ ਬਾਹਰ ਆਪਣਾ ਰਿਸ਼ਤੇਦਾਰ ਕੋਈ ਹੈ ਵੀ ਨਹੀਂ ਏਸੇ ਚ ਹੀ ਆ ਘੱਟ ਚ ਪਹੁੰਚ ਲਓ ਓਏ ਤੈਨੂੰ ਕੀ ਪਤਾਗਾ ਰਿਸ਼ਤੇਦਾਰਾਂ ਦਾ ਮਾਣ ਆਦਰ ਕਰਨਾ ਪੈਂਦਾ ਉਹਨਾਂ ਦਾ ਦਿਲ ਰੱਖਣ ਵਾਸਤੇ ਚਾਹ ਪੀ ਲਓ ਭਾਜੀ ਚਾਹ ਲਓ ਖਾਓ ਖਾਓ ਨਾ ਤੁਸੀਂ ਵੀ ਲਓ ਜੀ ਬੱਬੂ ਇਹਨਾਂ ਨੂੰ ਖਾਣ ਨੂੰ ਕੁਝ ਹੋਰ ਲੈ ਦੇ ਹਾਂਜੀ ਹਾਂਜੀ ਜ਼ਰੂਰ ਲੈ ਭਾਜੀ ਹੋਰ ਲੈ ਕੇ ਆਉਣੀ ਹੈ ਮੈਂ ਕੁਝ ਖਾਣ ਨਹੀਂ ਜੀ ਨਹੀਂ ਬਹੁਤ ਪਹਿਲੇ ਖਾ ਕੇ ਢਿੱਡ ਭਰਿਆ ਪਿਆ ਕੋਈ ਚੱਕਰ ਨਹੀਂ ਬਾਈ ਹਜਮ ਤੁਹਾਡੇ ਵਾਸਤੇ ਮੰਗਾਉ ਕੁਝ ਨਹੀਂ ਨਹੀਂ ਜੀ ਬਸ ਢਿੱਡ ਡੁੱਬ ਕੇ ਆਇਆ ਨਾ ਹਾਂ ਇਹਦੇ ਚ ਵੀ ਕੋਈ ਗੱਲ ਆ ਗਈ ਆਪਾਂ ਉੱਪਰ ਮੈਂ ਤੁਹਾਨੂੰ ਛੱਤ ਤੇ ਘੁਮਾ ਲੈਣਾ ਗਾ ਤਾਂ ਫਿਰ ਕੀ ਹਜਮ ਹੋ ਜਾਊਗਾ ਨਹੀਂ ਨਹੀਂ ਹੁਣ ਮੇਰੇ ਚ ਤਾਂ ਹਿੰਮਤ ਹੈ ਨਹੀਂ ਇੰਨੀ ਜਾਣ ਦੀ ਮੈਂ ਤਾਂ ਢਿੱਡ ਭਰਿਆ ਪਿਆ ਬਿਲਕੁਲ ਮੇਰੇ ਛੱਤ ਤੇ ਘੁੰਮਣ ਨੂੰ ਦਿਲ ਕਰਦਾ ਸੀ ਜੀ ਤੁਸੀਂ ਐਂ ਕਰੋ ਇਹਨਾਂ ਨੂੰ ਲੈ ਜਾਓ ਇਹਨਾਂ ਨੂੰ ਘੁਮਾ ਲਿਓ ਤੇ ਮੈਂ ਤੇ ਬਾਈ ਅਸੀਂ ਗੱਲਾਂ ਮਾਰ ਲੈਂਦੇ ਹਾਂ ਕੋਈ ਗੱਲ ਨਹੀਂ ਸਹੀ ਗੱਲ ਹਾਂ ਸਹੀ ਆਜੋ ਮੈਂ ਤੁਹਾਨੂੰ ਲੈ ਕੇ ਚੱਲਦਾ ਅੱਜ ਮੈਂ ਤੁਹਾਨੂੰ ਦਿਖਾ ਕੇ ਡਾਕਟਰ ਚਲੋ ਜੀ ਸਾਰੇ ਦਿਖਾ ਲਿਆ ਹੀ ਉਹ ਹਾਂਜੀ ਨਾ
ਵਧੀਆ ਲੱਗਿਆ ਜੀ। ਫਿਰ ਤੁਸੀਂ ਇੱਥੇ ਰਹਿ ਜਾਓ ਜੀ। ਕੀ? ਕੁਛ ਨਹੀਂ, ਮਜ਼ਾਕ ਕਰਦਾ ਜੀ, ਜਸਟ ਜੋਕਿੰਗ। ਆ ਚਲੀ। हेलो। हाँ जी, हाँ जी, मैं ठीक हाँ। मैं तो ये कहती सी भी मैं अपने हसबैंड दसदा कि तुसी मेरी दूर की रिश्तेदारी चो, तुसी एक बार अपनी वाइफ के नाल साडे घर आ जाओ, फिर तुसी जदों मर्जी आ जाओ, तुहानू कोई दिक्कत नहीं। ओ हाँ हाँ, मेरी जिम्मेवारी आ, चिंता करने वाली कोई गल नहीं। हाँ जी, कहानी हले खत्म नहीं हुई हैगी। इस वीडियो का अगला भाग ऐतवार को शामी 5 बजे देखना ना भुल्यो। तो इस वीडियो नू लाइक करो, शेयर करो, तो कमेंट करके जरूर दसो वीडियो किवें लगी। तो जिहड़े जिहड़े साडे चैनल ते नवे आए ने, चैनल नू करो सबसक्राइब, तो बैल आइकन का बटन जरूर प्रेस करो ताकि साडी हर एक वीडियो का नोटिफिकेशन थोड़े तक जरूर पहुँच सके। तो एक बार फिर कहना गा कि वीडियो नू लाइक करो, शेयर करो, कमेंट करो, तो वीडियो का अगला भाग देखना ना भुल्यो, दिन ऐतवार शाम को 5 बजे। रोटी रोटी है ना ना ले। नंबर